ਮਤਲਬ ਤੁਹਾਨੂੰ ਜਾਣਾ ਹੌਲੀ ਹੌਲੀ ਇਹ ਚੱਕ ਲਿਆ ਅਤੇ ਆ ਚੱਕ ਲਿਆ ਇਹ ਆ ਬਾਹਰ ਨਿਕਲ ਕਿਉਂ ਕਰੇ ਪੂਰੇ ਸਾਹਿਬ ਜੀ ਤੋਂ ਚੱਕ ਲੈ ਲੰਘ ਗਿਆ ਨਹੀਂ ਗਿਆ ਸ਼ੋਪ ਤੇ ਦੋ ਨੌਜਵਾਨ ਆਉਂਦੇ ਆ ਪਾਪਾ ਸੀਗੇ ਇਕੱਲੇ ਤੇ ਇੱਕ ਵਰਕਰ ਸੀਗਾ ਤੇ ਉਹਨਾਂ ਨੇ ਇਕੱਲਿਆਂ ਨੂੰ ਦੇਖ ਕੇ ਆਪਣਾ ਆਏ ਅੰਦਰ ਤੇ ਉਹਨਾਂ ਨੇ ਆਪਣਾ ਸਮਾਨ ਨਿਕਾਲਣਾ ਸ਼ੁਰੂ ਕਰ ਦਿੱਤਾ ਕਿ ਇਹ ਸਾਨੂੰ ਦੇਸੀ ਘੀ ਵਗੈਰਾ ਟੋਟਲੀ ਸਾਰਾ ਮਹਿੰਗੀਆਂ ਆਈਟਮਾਂ ਡਰਾਈ ਫਰੂਟਸ ਤੇ ਜੋ ਮਸਾਲਾ ਵਗੈਰਾ ਉਹਨਾਂ ਨੇ ਸਮਾਨ ਲਿੱਤਾ ਤਕਰੀਬਨ 11,000 ਰੁਪਏ ਦਾ ਸਮਾਨ ਪਵਾਇਆ ਤੇ ਉਹਨਾਂ ਨੇ ਬਿੱਲ ਬਣਵਾਇਆ ਤੇ ਕਹਿੰਦੇ ਕਿ ਪੇਟੀਐਮ ਕਰਦੇ ਆ ਤੇ ਦੋ ਨੌਜਵਾਨ ਸੀਗੇ ਇੱਕ ਬਾਹਰ ਸੀ ਖੜਾ ਮੋਟਰਸਾਈਕਲ ਤੇ ਇੱਕ ਅੰਦਰ ਸੀਗਾ ਤੇ ਇੰਨੇ ਨੂੰ ਕਸਟਮਰ ਹੋਰ ਆ ਗਏ ਲੇਡੀਜ਼ ਤੇ ਉਹ ਉੱਧਰ ਬਿਜ਼ੀ ਹੋ ਗਏ ਥੋੜ੍ਹਾ ਜਿਹਾ ਉਹਨਾਂ ਨੇ ਧਿਆਨ ਨਾਲ ਦੇਖਿਆ ਕਿ ਬਾਹਰ ਰਸਤਾ ਜਦੋਂ ਕਲੀਅਰ ਹੋਇਆ ਦੂਸਰੇ ਨੇ ਬਲੂਟੂਥ ਲੱਗਿਆ ਹੋਇਆ ਸੀਗਾ ਤੇ ਰਸਤਾ ਕਲੀਅਰ ਹੋਇਆ ਤੇ ਉਹਨੇ ਦੇਖ ਕੇ ਆਪਣਾ ਸਮਾਨ ਦਾ ਥੈਲਾ ਚੱਕਿਆ ਤੇ ਬਿਨਾਂ ਪੇਮੈਂਟ ਕਰੇ ਉਹ ਭੱਜ ਗਏ ਤੇ ਕੋਸ਼ਿਸ਼ ਕਰੀ ਅਸੀਂ ਭੱਜੇ ਵੀ ਮਗਰ ਪਰ ਸਾਡੇ ਹੱਥ ਨਹੀਂ ਲੱਗੇ ਉਹਨਾਂ ਨਾਮ ਚੰਡੀਗੜ੍ਹ ਕਰਿਆਨਾ ਸਟੋਰ ਨੇੜੇ ਖੂਹ ਵਾਲੇ ਚੌਂਕ ਬਸੀ ਬਾਜ਼ਾਰ ਮੋਰਿੰਡਾ ਹਾਂਜੀ ਕੀ ਘਟਨਾ ਹੋਈ ਹੈ ਜੀ ਇਹ ਦੁਪਹਿਰੇ 3 ਵਜੇ ਦਾ ਟਾਈਮ ਹੈ ਜੀ ਸ਼ੋਪ ਤੇ ਦੋ ਨੌਜਵਾਨ ਆਉਂਦੇ ਆ ਪਾਪਾ ਸੀਗੇ ਇਕੱਲੇ ਤੇ ਇੱਕ ਵਰਕਰ ਸੀਗਾ ਤੇ ਉਹਨਾਂ ਨੇ ਇਕੱਲਿਆਂ ਨੂੰ ਦੇਖ ਕੇ ਆਪਣਾ ਆਏ ਅੰਦਰ ਤੇ ਉਹਨਾਂ ਨੇ ਆਪਣਾ ਸਮਾਨ ਨਿਕਾਲਣਾ ਸ਼ੁਰੂ ਕਰ ਦਿੱਤਾ ਕਿ ਇਹ ਸਾਨੂੰ ਦੇਸੀ ਘੀ ਵਗੈਰਾ ਟੋਟਲੀ ਸਾਰਾ ਮਹਿੰਗੀਆਂ ਆਈਟਮਾਂ ਡਰਾਈ ਫਰੂਟਸ ਤੇ ਜੋ ਮਸਾਲਾ ਵਗੈਰਾ ਉਹਨਾਂ ਨੇ ਸਮਾਨ ਲਿੱਤਾ ਤਕਰੀਬਨ 11,000 ਰੁਪਏ ਦਾ ਸਮਾਨ ਪਵਾਇਆ ਤੇ ਉਹਨਾਂ ਨੇ ਬਿੱਲ ਬਣਵਾਇਆ ਤੇ ਕਹਿੰਦੇ ਕਿ ਪੇਟੀਐਮ ਕਰਦੇ ਆ ਤੇ ਦੋ ਨੌਜਵਾਨ ਸੀਗੇ ਇੱਕ ਬਾਹਰ ਸੀ ਖੜਾ ਮੋਟਰਸਾਈਕਲ ਤੇ ਇੱਕ ਅੰਦਰ ਸੀਗਾ ਤੇ ਇੰਨੇ ਨੂੰ ਕਸਟਮਰ ਹੋਰ ਆ ਗਏ ਲੇਡੀਜ਼ ਤੇ ਉਹ ਉੱਧਰ ਬਿਜ਼ੀ ਹੋ ਗਏ ਥੋੜ੍ਹਾ ਜਿਹਾ ਉਹਨਾਂ ਨੇ ਧਿਆਨ ਨਾਲ ਦੇਖਿਆ ਕਿ ਬਾਹਰ ਰਸਤਾ ਜਦੋਂ ਕਲੀਅਰ ਹੋਇਆ ਦੂਸਰੇ ਨੇ ਬਲੂਟੂਥ ਲੱਗਿਆ ਹੋਇਆ ਸੀਗਾ ਤੇ ਰਸਤਾ ਕਲੀਅਰ ਹੋਇਆ ਤੇ ਉਹਨੇ ਦੇਖ ਕੇ ਆਪਣਾ ਸਮਾਨ ਦਾ ਥੈਲਾ ਚੱਕਿਆ ਤੇ ਬਿਨਾਂ ਪੇਮੈਂਟ ਕਰੇ ਉਹ ਭੱਜ ਗਏ ਤੇ ਕੋਸ਼ਿਸ਼ ਕਰੀ ਅਸੀਂ ਭੱਜੇ ਵੀ ਮਗਰ ਪਰ ਸਾਡੇ ਹੱਥ ਨਹੀਂ ਲੱਗੇ ਤੇ ਇਹਨਾਂ ਨੇ 2 ਦਿਨ ਪਹਿਲਾਂ ਲਾਈਟਾਂ ਵਾਲੇ ਚੌਂਕ ਤੇ ਰੋਡਾ ਡਿਪਾਰਟਮੈਂਟ ਤੇ ਉੱਥੇ ਵੀ ਕੋਸ਼ਿਸ਼ ਕਰੀ ਪਰ ਉੱਥੇ ਇਹ ਨਾਕਾਮਯਾਬ ਹੋ ਗਏ ਪਛਾਣ ਚ ਆਏ ਬੰਦੇ ਵੀ ਇਹ ਉਹੀ ਹੈ ਹਾਂਜੀ ਉਹੀ ਹੈ ਉਹੀ ਉੱਥੇ ਵੀ ਸੇਮ ਇਹੀ ਸਮਾਨ ਪਵਾਇਆ ਉਹਨਾਂ ਨੇ ਉਹੀ ਬੰਦੇ ਨੇ ਸਾਰਾ ਕੁਝ ਇਹ ਥੋੜੇ ਦਿਨ ਪਹਿਲਾਂ ਖਰੜ ਵੀ ਹੋਇਆ ਪਰ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਠੀਕ ਹੈ ਤੇ ਤੁਸੀਂ ਇਹਦੀ ਕੰਪਲੇਂਟ ਕੀਤੀ ਹੈ ਜੀ ਪੁਲਿਸ ਸਟੇਸ਼ਨ ਮੈਂ ਪੁਲਿਸ ਸਟੇਸ਼ਨ ਕੰਪਲੇਂਟ ਕੀਤੀ ਹੈ ਤੇ ਕੀ ਕਹਿਣਾ ਜੀ ਉਹਨਾਂ ਦਾ ਹੁਣ ਉਹ ਕਹਿ ਰਹੇ ਦੇਖ ਰਹੇ ਹਾਂ ਜੀ ਨੰਬਰ ਪਲੇਟ ਅਸੀਂ ਲੱਭ ਰਹੇ ਹਾਂ ਜੀ ਸੀਸੀਟੀਵੀ ਕੈਮਰੇ ਦੇਖਦੇ ਹਾਂ ਅਸੀਂ ਕਾਰਵਾਈ ਕਰਾਂਗੇ ਤੇ ਜਿਹੜੀ ਸੀਸੀਟੀਵੀ ਕੈਮਰੇ ਦੀ ਫੋਟੋ ਤੁਹਾਡੀ ਆਪਣੀ ਦੁਕਾਨ ਦੀ ਹੈ ਜੀ ਮੇਰੀ ਆਪਣੀ ਦੁਕਾਨ ਤੇ ਉਹਦੇ 'ਚ ਕੋਈ ਪਛਾਣ ਹੋ ਰਹੀ ਹੈ ਉਹਨਾਂ ਦੀ ਪ੍ਰੋਪਰ ਪਛਾਣ ਹੋ ਰਹੀ ਹੈ ਜੀ ਬੰਦੇ ਦੀ ਪਰਨਾ ਬੰਨਿਆ ਹੋਇਆ ਐਨਕਾਂ ਲਗਾਈਆਂ ਹੋਈਆਂ ਮੇਰੇ ਕੋਲ ਸੀਸੀਟੀਵੀ ਸਾਰੀ ਫੋਟੋਆਂ ਹੈਗੀਆਂ ਵੀਡੀਓ ਵੀ ਹੈਗੀ ਹੈ ਤੇ ਬਾਕੀ ਬਾਈਕ ਦੀ ਵੀ ਹੈਗੀ ਹੈ ਬਾਹਰ ਠੀਕ ਹੈ ਨੰਬਰ ਆਇਆ ਕੁਝ ਪਛਾਣ 'ਚ ਨੰਬਰ ਅਸੀਂ ਹੁਣ ਬੁਲਾਇਆ ਕੈਮਰੇ ਵਾਲਿਆਂ ਨੂੰ ਤੇ ਉਹ ਚੈੱਕ ਕਰ ਰਹੇ ਹਾਂ ਕਿੱਦਾਂ ਵੀ ਠੀਕ ਹੈ ਜੀ ਕੀ ਮੰਗ ਕਰਦੇ ਜਿਹੜੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਜੀ ਸਰ ਇੱਕ ਨਾ ਅੱਜ ਬੀਤੇ ਦਿਨ ਇੱਕ ਚੰਡੀਗੜ੍ਹ ਕਰਿਆਨਾ ਸਟੋਰ ਹੈ ਉੱਥੇ ਇੱਕ ਜਿਹੜੀ ਹੈਗੀ ਕੁਝ ਸ਼ਰਾਰਤੀ ਅਨਸਰ ਜਿਹੜੇ ਹੈਗੇ ਸਮਾਨ ਲੈ ਕੇ ਭੱਜਦੇ ਨਜ਼ਰ ਆ ਰਹੇ ਹਨ ਸੀਸੀਟੀਵੀ ਦੀ ਫੋਟੇਜ ਵੀ ਸਾਹਮਣੇ ਆਈ ਤੇ ਉਹ ਕਹਿੰਦੇ ਅਸੀਂ ਕੰਪਲੇਂਟ ਕੀਤੀ ਕਿ ਇਹਦੇ ਸਟੇਟਸ ਇਹਦੇ ਰਿਗਾਰਡਿੰਗ ਜੀ ਚੰਡੀਗੜ੍ਹ ਕਰਿਆਨਾ ਸਟੋਰ ਆਪਣੇ ਖੂਹ ਵਾਲੇ ਚੌਂਕ 'ਚ ਇੱਥੇ ਉਹਨਾਂ ਨੇ ਇੱਕ ਕੰਪਲੇਂਟ ਕੀਤੀ ਹੈ ਕੱਲ੍ਹ ਸ਼ਾਮ ਜੀ ਨੂੰ ਕਾਫੀ ਲੇਟ ਨਾਈਟ ਆਏ ਸੀਗੇ ਸਾਡੇ ਕੋਲ ਵੀ ਕਹਿੰਦੇ ਵੀ ਦੋ ਇੱਕ ਜਿਹੜਾ ਬੰਦਾ ਸੀਗਾ ਉਹਨੇ ਮਤਲਬ ਕੁਛ 10,000 ਦਾ ਸਮਾਨ ਜਿਹੜਾ ਹੈਗਾ ਮਤਲਬ ਕਰਿਆਨਾ ਦਾ ਲਿਖਾਇਆ ਸੀ ਤੇ ਉਹਨਾਂ ਨੇ ਗੱਟੇ 'ਚ ਪੈਕ ਕਰਤਾ ਸੀ ਗੱਟੇ 'ਚ ਪੈਕ ਕਰਕੇ ਉਹਨਾਂ ਨੇ ਪੇਮੈਂਟ ਲਈ ਨਹੀਂ ਹੈ ਤੇ ਉਹ ਜਿਹੜਾ ਰੂਟੀਨ ਦੇ ਵਿੱਚ ਗੱਟਾ ਜਿਹੜਾ ਚੱਕ ਕੇ ਉਹਦਾ ਮਤਲਬ ਬਿਨਾਂ ਪੇਮੈਂਟ ਦਿੱਤੇ ਚਲਾ ਗਿਆ ਤੇ ਉਹਦੇ ਰਿਗਾਰਡਿੰਗ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਹਾਂ
ਤੇ ਉਹਦੇ ਟਰੇਸ ਛੇਤੀ ਛੇਤੀ ਅਸੀਂ ਟਰੇਸ ਕਰ ਲਾਂਗੇ। ਬਾਕੀ ਜੋ ਮੇਰੇ ਦੁਕਾਨਦਾਰਾਂ ਨੂੰ ਵੀ ਬੇਨਤੀ ਹੈ ਵੀ ਥੋੜ੍ਹਾ ਚੁਕੰਨੇ ਹੋ ਕੇ ਰਹਿਣਗੇ ਇੱਦਾਂ ਦੇ ਸ਼ਰਾਰਤੀ ਅਨਸਰ ਜਿਹੜੇ ਕੋਈ ਵੀ ਕੰਮ ਕਰਦੇ ਨੇ, ਉਹਨਾਂ ਤੋਂ ਮਤਲਬ ਪੂਰਾ ਚੈੱਕ ਕਰਨ ਵੀ ਕੋਈ ਜੇ ਸਮਾਨ ਦੇਣਾ ਤਾਂ ਪਹਿਲਾਂ ਪੇਮੈਂਟ ਵੀ ਜੋ ਹੈ ਪਹਿਲਾਂ ਲੈਣ ਉਹਨਾਂ ਤੋਂ।